जिहड़ी एक तुसीं जुत्ती तैयार की आ बूट तैयार किया गा किहड़े एक्टर वास्ते तैयार किया सीगा? ਇਹ ਧਰਮਿੰਦਰ ਜੀ ਲਈ ਕੀਤਾ ਸੀ ਮੈਨੇ, ਉਹਨਾਂ ਨੂੰ ਗਿਫਟ ਦੇਣੀ ਹੈ। ਜਿੱਦਣ ਇਹਨਾਂ ਦੀ ਮਾਸੀ ਦਾ ਮੁੰਡਾ ਮੇਰੇ ਕੋਲ ਆ ਗਿਆ, ਚਲਾ ਜਾਵਾਂਗਾ ਚੰਡੀਗੜ੍ਹ। ਇਹ ਤੁਸੀਂ ਉਹਨਾਂ ਨੂੰ ਗਿਫਟ ਕਰਨਾ ਚਾਹੁੰਦੇ ਹੋਗੇ? ਬਿਲਕੁਲ ਜੀ, ਤੋਹਫਾ ਦੇਵਾਂਗਾ ਉਹਨਾਂ ਨੂੰ ਇਹ ਆਪਣੇ ਵੱਲੋਂ। ਇਹ ਸਪੈਸ਼ਲ ਤਿਆਰ ਕੀਤਾ ਹੈਗਾ ਧਰਮਿੰਦਰ ਜੀ ਵਾਸਤੇ। ਹਾਂਜੀ ਹਾਂ। ਨਵਜੋਤ ਸਿੰਘ ਸਿੱਧੂ ਨਾਲ ਵੀ ਤੁਹਾਡਾ ਜ਼ਿਕਰ ਹੋਇਆ ਸੀਗਾ, ਵੀ ਨਵਜੋਤ ਸਿੰਘ ਸਿੱਧੂ ਤੁਹਾਡੇ ਨਾਲ ਖੇਡੇ ਨੇ ਆ, ਇਹਦੇ ਬਾਰੇ ਵੇਰਵੇ 'ਚ ਵੀ ਦੱਸੋ ਥੋੜ੍ਹਾ ਜਿਹਾ। ਇਹ ਸਾਡੀ ਗੇਮ ਲੱਗਦੀ ਸੀ ਜੀ ਰੋਜ਼ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ। ਮਹਾਰਾਣੀ ਕਲੱਬ ਦੇ ਅੰਦਰ ਫੁੱਟਬਾਲ ਖੇਡਦੇ ਸੀ, ਸਾਰੇ ਕ੍ਰਿਕਟਰ ਹੁੰਦੇ ਸੀ, ਸਾਰੇ ਬੋਡੀ ਬਿਲਡਰ ਪਟਿਆਲੇ ਦੇ ਵਿੱਚ, ਮੈਂ ਵੀ ਹੁੰਦਾ ਸੀ ਔਰ ਇਹਨਾਂ ਦੇ ਨਾਲ ਬਰਾਬਰ ਭੱਜਦਾ ਸੀ, ਬਹੁਤ ਤੇਜ਼ ਭੱਜਦੇ ਸੀ ਨਵਜੋਤ ਸਿੰਘ ਸਿੱਧੂ ਜੀ ਵੀ ਬਰਾਬਰ ਭੱਜਦਾ ਸੀ। ਜਦੋਂ ਇੱਕ ਵਾਰੀ ਗਰੋ ਖੇਡਣ ਤੋਂ ਬਾਅਦ ਗਰਾਊਂਡ 'ਚ ਬਹਿ ਗਏ ਸਾਰੇ, ਜਿਸ ਤਰ੍ਹਾਂ ਕਪਿਲ ਸ਼ਰਮਾ ਸ਼ੋਅ 'ਚ ਬੋਲਦੇ ਹੈ ਸਿੱਧੂ ਸਾਹਿਬ, ਇਸ ਤਰ੍ਹਾਂ ਪਹਿਲੇ ਚੁਟਕਲੇ ਸੁਣਾਉਂਦੇ ਸੀ, ਸ਼ੇਰ ਓ ਸ਼ਾਇਰੀ ਸੁਣਾਉਂਦੇ ਸੀ। ਫਿਰ ਇੱਕ ਦਿਨ ਮੈਨੂੰ ਕਹਿੰਦੇ, ਮੁਰਲੀ ਯਾਰ ਤੂੰ ਤਾਂ ਮੁਰਲੀ ਧਰਨ ਹੈ। ਬਸ ਉਦੋਂ ਤੋਂ ਬਾਅਦ ਮੇਰਾ ਨਾਮ ਮੁਰਲੀ ਪੈ ਗਿਆ, ਸਾਰੇ ਕ੍ਰਿਕਟਰ ਸਾਰੇ ਫੁੱਟਬਾਲਰ ਮੈਨੂੰ ਮੁਰਲੀ ਦੇ ਨਾਮ ਤੋਂ ਜਾਣਦੇ। ਨਵਜੋਤ ਸਿੰਘ ਸਿੱਧੂ ਨਾਲ ਅੰਕਲ ਦੀ ਬਹੁਤ ਪੁਰਾਣੀ ਦੋਸਤੀ ਹੈ। ਅੰਕਲ ਜੀ, ਜੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਹੁੰਦੀ ਹੈ, ਮਿਲਣ ਦਾ ਮੌਕਾ ਮਿਲਦਾ ਤੁਹਾਨੂੰ ਤਾਂ ਮਿਲੋਗੇ? ਬਿਲਕੁਲ ਜ਼ਰੂਰ ਮਿਲਾਂਗਾ ਜੀ। ਉਹਨਾਂ ਵਾਸਤੇ ਕੀ ਗਿਫਟ ਤਿਆਰ ਕਰੋਗੇ? ਉਹਨਾਂ ਨੂੰ ਵੀ ਦੇਵਾਂਗੇ ਗਿਫਟ ਬਣਾ ਕੇ, ਸ਼ੂ ਦੇਵਾਂਗੇ, ਪੈਰ ਵੀ ਉਹਨਾਂ ਦਾ 10 ਨੰਬਰ ਦਾ। ਤੁਹਾਨੂੰ ਸਾਈਜ਼ ਦਾ ਵੀ ਪਤਾ ਸਿੱਧੂ ਸਾਹਿਬ ਦੇ ਕਿ 10 ਨੰਬਰ ਸਾਈਜ਼ ਆਉਂਦਾ ਗਾ? ਬਿਲਕੁਲ, ਮੇਰੇ ਕੋਲ ਰਿਪੇਅਰ ਆਉਂਦੀ ਸੀ ਨਾ ਕਰਨ ਉਹਦੇ ਜੁੱਤਿਆਂ ਦੀ, ਬਣਾਇਆ ਉਹਨੇ ਕਦੀ ਨਹੀਂ ਮੇਰੇ ਤੋਂ ਨਵਾਂ ਜੁੱਤਾ, ਮਗਰ ਮੈਂ ਬਣਾ ਕੇ ਦੇਵਾਂਗਾ। ਹੁਣ ਸਿੱਧੂ ਸਾਹਿਬ ਦੇ ਜੁੱਤਿਆਂ ਦੀ ਰਿਪੇਅਰ ਵੀ ਕੀਤੀ ਹੈ? ਹਾਂ ਅੰਕਲ, ਸਿੱਧੂ ਸਾਹਿਬ ਦੇ ਨਾਲ ਖੇਡੇ ਵੀ ਨੇਗੇ ਅਤੇ ਸਿੱਧੂ ਸਾਹਿਬ ਦੇ ਜੁੱਤਿਆਂ ਦੀ ਰਿਪੇਅਰ ਵੀ ਕੀਤੀ ਆ। ਜਿਹੜੀ ਤੁਸੀਂ ਜੁੱਤੀ ਤਿਆਰ ਕਰਦੇ ਹੋ, ਕਿੰਨੇ ਕੁ ਟਾਈਮ ਤੋਂ ਤੁਸੀਂ ਤਿਆਰ ਕਰ ਰਹੇ ਹੋ ਜੁੱਤੀ? ਇਹ ਮੈਨੇ ਸਨ 2001 'ਚ ਬਣਾਉਣੀ ਸ਼ੁਰੂ ਕੀਤੀਆਂ ਸੀ। ਪਹਿਲੇ 1 ਇੰਚ ਦੀ ਬਣਾਈ, ਫਿਰ 1.5 ਇੰਚ ਦੀ ਬਣਾਈ, ਫਿਰ ਚਾਵਲ ਜਿੰਨੀ ਬਣਾਈ, ਫਿਰ ਜੀਰੇ ਜਿੰਨੀ ਬਣਾਈ, ਫਿਰ 2 mm ਦੀ ਵੀ ਬਣਾਤੀ। ਅਕਸਰ ਅਸੀਂ ਦੇਖਿਆ ਸੀਗਾ ਜਦੋਂ ਆਉਂਦੇ ਹੋਏ, ਤੁਹਾਡਾ ਵੀ ਪੁੱਛਿਆ ਸੀਗਾ, ਜ਼ਿਆਦਾਤਰ ਤੁਹਾਡਾ ਨਾਮ ਮੁਰਲੀ ਦੇ ਨਾਮ ਦੇ ਨਾਲ ਹੀ ਮਸ਼ਹੂਰ ਹੈ ਇੱਥੇ, ਮੁਰਲੀ ਜੁੱਤੀਆਂ ਵਾਲੇ। ਤੁਹਾਡੇ ਜਿੰਨੀ ਕੋਈ ਛੋਟੀ ਸਾਈਜ਼ ਦੀ ਜੁੱਤੀ ਕੋਈ ਬਣਾ ਨਹੀਂ ਸਕਦਾ? ਨਹੀਂ ਜੀ, ਹਜੇ ਤੱਕ ਤਾਂ ਕਿਸੇ ਨੇ ਨਹੀਂ ਬਣਾਈ। ਉਰੇ ਪਟਿਆਲੇ ਸ਼ਹਿਰ 'ਚ ਜੁੱਤੀਆਂ ਬਣਾਉਂਦੇ ਐਸੇ ਐਸੇ ਬਜ਼ੁਰਗ ਲੋਕ ਆਉਂਦੇ, ਮੇਰੇ ਬਾਪ ਦੀ ਉਮਰ ਤੋਂ ਵੀ ਜ਼ਿਆਦਾ ਵੱਡੇ ਲੋਕ, ਉਹ ਕਹਿੰਦੇ ਸਾਡੇ ਬਾਪ ਦਾਦਾ ਨੇ ਨਹੀਂ ਦੇਖੀ ਇੰਨੀ ਬੜੀ ਜੁੱਤੀ, ਤੂੰ ਬਣਾ ਕਿਸ ਤਰ੍ਹਾਂ ਦਿੱਤੀ? ਕਾਫੀ ਮਿਹਨਤ ਲੱਗਦੀ ਹੋਊਗੀ, ਕਾਫੀ ਟਾਈਮ ਲੱਗਦਾ ਲੱਗਦਾ, ਬਿਲਕੁਲ ਕਾਗਜ਼ ਦੀ ਤਰ੍ਹਾਂ ਛਿਲਣਾ ਪੈਂਦਾ ਚਮੜੇ ਨੂੰ, ਔਰ ਪੱਖਾ ਖਿੜਕੀਆਂ ਦਰਵਾਜ਼ੇ ਸਭ ਬੰਦ ਕਰਕੇ ਉੜ ਜਾਂਦਾ ਸੀ ਸਮਾਨ ਦਾ ਸਪੇਅਰ ਪਾਰਟ। ਪਟਿਆਲਾ ਸ਼ਹਿਰ ਦੇ ਵਿੱਚ ਜ਼ਿਆਦਾਤਰ ਅਸੀਂ ਦੇਖਿਆ ਜਾਵੇ ਜੁੱਤੀਆਂ ਲਈ ਮਸ਼ਹੂਰ ਹੈਗਾ, ਅਤੇ ਤੁਸੀਂ ਇਹ ਤੋਂ ਬਿਨਾਂ ਕੋਈ ਹੋਰ ਸ਼ੌਂਕ ਹੈਗਾ ਤੁਹਾਡਾ, ਜਾਂ ਕੋਈ ਹੋਰ ਕੰਮ ਕਰਦੇ ਹੋਵੋਗੇ, ਜਾਂ ਜੁੱਤੀਆਂ ਦਾ ਹੀ ਕਰ ਰਹੇ ਹੋ? ਬਸ ਮੈਂ ਜੁੱਤੀ ਹੀ ਬਣਾ ਰਿਹਾ ਜੀ, ਆਪਣੇ ਪਿਤਾ ਜੀ ਨਾਲ ਕਰਦਾ ਸੀ ਕੰਮ। ਜਦੋਂ ਪਿਤਾ ਜੀ 1980 'ਚ ਗੁਜ਼ਰ ਗਏ, ਫਿਰ ਮੈਂ ਕਰਨ ਲੱਗ ਗਿਆ ਇਕੱਲਾ, 1-2 ਕਾਰੀਗਰ ਰੱਖ ਲਏ ਮੈਨੇ, ਵਧੀਆ ਕੰਮ ਚੱਲ ਪਿਆ ਮੇਰਾ। ਹੁਣ ਮੇਰੇ 2 ਬੇਟੀਆਂ, ਇੱਕ ਮੇਰਾ ਬੇਟਾ ਯੂਕੋ ਬੈਂਕ 'ਚ ਮੈਨੇਜਰ ਲਗਾਇਆ ਹੋਇਆ।